ਫਾਜ਼ਿਲਕਾ ਦੇ ਸੰਜੀਵ ਸਿਨੇਮਾ ਚੌਂਕ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਭਵਨ ਦੇ ਵਿੱਚ ਯੂਥ ਹੈਲਪਰ ਸੰਸਥਾ ਵੱਲੋਂ ਸ਼੍ਰੀ ਰਾਮ ਕਿਰਪਾ ਸੇਵਾ ਸੰਘ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਦੇ ਨਾਲ ਲਗਾਇਆ ਗਿਆ ਖੂਨਦਾਨ ਕੈਂਪ। ਫਾਜ਼ਿਲਕਾ ਦੇ ਵਿੱਚ ਨੌਜਵਾਨਾਂ ਨੂੰ ਰਕਤਦਾਨ ਦੇ ਲਈ ਪ੍ਰੇਰਿਤ ਕਰਨ ਵਾਲੀ ਸੰਸਥਾ ਸ਼੍ਰੀ ਰਾਮ ਕਿਰਪਾ ਸੇਵਾ ਸੰਘ ਵੈਲਫੇਅਰ ਸੁਸਾਇਟੀ ਵੱਲੋਂ ਯੂਥ ਹੈਲਪਰ ਸੰਸਥਾ ਦੇ ਸਹਿਯੋਗ ਦੇ ਨਾਲ ਰਕਤਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਡੋਨਰ ਪਹੁੰਚੇ, ਜਿਨ੍ਹਾਂ ਵੱਲੋਂ ਆਪਣਾ ਖੂਨਦਾਨ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਆਗੂਆਂ ਨੇ ਦੱਸਿਆ ਕਿ ਇੱਥੇ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ ਅਤੇ ਖੂਨਦਾਨ ਦੇ ਪ੍ਰਤੀ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਖੂਨਦਾਨ ਕਰਨ ਦੇ ਲਈ ਪਹੁੰਚੇ ਹਨ। ਇਸ ਮੌਕੇ 'ਤੇ ਪੰਜਾਬ ਪੁਲਿਸ ਦੇ ਇੰਸਪੈਕਟਰ ਸੁਨੀਲ ਕੁਮਾਰ ਵਿਸ਼ੇਸ਼ ਰੂਪ ਦੇ ਵਿੱਚ ਪਹੁੰਚੇ, ਜਿਨ੍ਹਾਂ ਨੇ ਇੱਥੇ ਪਹੁੰਚ ਕੇ ਰਕਤਦਾਨੀਆਂ ਦਾ ਸਨਮਾਨ ਕੀਤਾ। ਇਸ ਦੇ ਨਾਲ ਹੋਰ ਵੀ ਕਈ ਪਤਵੰਤੇ ਸੱਜਣ ਪਹੁੰਚੇ। ਇਸ ਮੌਕੇ 'ਤੇ ਆਰਬੀ ਲਾਈਵ ਮੀਡੀਆ ਦੇ ਪ੍ਰਤੀਨਿਧੀ ਰਿੰਕੂ ਕੁਮਾਰ ਦਾ ਵੀ ਵਿਸ਼ੇਸ਼ ਰੂਪ ਦੇ ਵਿੱਚ ਸੰਸਥਾ ਵੱਲੋਂ ਸਨਮਾਨ ਕੀਤਾ ਗਿਆ। ਅੱਜ ਆਰਬੀ ਲਾਈਵ ਮੀਡੀਆ ਦੇ ਜਿਹੜੇ ਸਾਡੇ ਪੰਕਜ ਜੀ ਨੇ, ਉਹਨਾਂ ਨੇ ਬਲੱਡ ਡੋਨੇਟ ਕੀਤਾ ਹੈ, ਆਓ ਪੁੱਛਦੇ ਹਾਂ। ਵੈਸੇ ਅਕਸਰ ਮੈਨੂੰ ਮਿਲਦੇ ਹੁੰਦੇ ਸੀਗੇ ਅਤੇ ਮੈਨੂੰ ਕਹਿੰਦੇ ਹੁੰਦੇ ਸੀ, ਸਰ ਮੈਂ ਤਾਂ ਅੱਜ ਤੱਕ ਟੀਕਾ ਨਹੀਂ ਲਗਵਾਇਆ, ਸੂਈ ਤਾਂ ਲਗਵਾਉਣ ਦੀ ਬੜੀ ਦੂਰ ਦੀ ਗੱਲ ਹੈ, ਪਰ ਅੱਜ ਕਿਸੇ ਦਾ ਜੀਵਨ ਬਚਾਉਣ ਵਾਸਤੇ ਇਹਨਾਂ ਨੇ ਸੂਈ ਵੀ ਲਗਵਾਈ, ਔਰ ਉਹ ਸਭ ਤੋਂ ਮੋਟੀ ਸੂਈ ਜਿਹੜੀ ਬਲੱਡ ਡੋਨੇਸ਼ਨ ਵਾਲੀ ਹੁੰਦੀ ਉਹ ਵੀ ਲਗਵਾਈ, ਔਰ ਮਿੱਠਾ ਮਿੱਠਾ ਦਰਦ ਦੇਖ ਲੈ ਕੇ ਕਿਸੇ ਦਾ ਜੀਵਨ ਬਚਾਇਆ। ਆਓ ਪੁੱਛਦੇ ਹਾਂ ਕੀ ਕਹਿਣਾ ਚਾਹੁੰਦੇ ਆ ਉਸਨੂੰ। ਹਾਂਜੀ ਪੰਕਜ ਜੀ, ਕੀ ਕਹਿਣਾ ਚਾਹੋਗੇ? ਜੈ ਸ਼੍ਰੀ ਰਾਮ ਜੀ। ਬਚਪਨ ਤੋਂ ਹੀ ਸਾਰਿਆਂ ਦੀ ਵੈਸੇ ਆਦਤ ਹੁੰਦੀ ਹੈ ਵੀ ਕੋਈ ਵੀ ਬੰਦਾ ਕਹਿੰਦਾ ਟੀਕਾ ਨਹੀਂ ਲਵਾਉਣਾ, ਮੈਨੂੰ ਡਾਕਟਰ ਸਾਹਿਬ ਦਵਾਈ ਦੇ ਦਿਓ, ਤਾਂ ਲਾਈਫ ਦੇ ਵਿੱਚ ਬਹੁਤ ਹੀ ਕਮ ਚਾਂਸ ਹੋਣਗੇ ਕਿ ਜਿਹੜਾ ਮੈਂ ਕਦੇ ਟੀਕਾ ਲਵਾਇਆ ਹੋਵੇ, ਕਿਉਂਕਿ ਸੂਈ ਦੇ ਦਰਦ ਕਾਰਨ। ਪਰ ਰਾਜੀਵ ਜੀ ਨੇ ਮੈਨੂੰ ਪ੍ਰੇਰਿਤ ਕੀਤਾ ਸੀ ਵੀ ਜਿਹੜਾ, ਜਾਂ ਲੋਕਾਂ ਨੇ ਵੀ ਜਿਵੇਂ ਦੱਸਿਆ, ਕਹਿੰਦਾ ਬਲੱਡ ਡੋਨੇਟ ਕਰਨ ਦੇ ਨਾਲ ਕਿਸੇ ਦੀ ਜ਼ਿੰਦਗੀ ਬਚਦੀ ਹੈ, ਤਾਂ ਉਸ ਜ਼ਿੰਦਗੀ ਨੂੰ ਬਚਾਉਣ ਦੇ ਵਾਸਤੇ ਮੈਂ ਜਿਹੜਾ ਇਹ ਸੂਈ ਦਾ ਦਰਦ ਵੀ ਸਹਿਣਾ ਸ਼ੁਰੂ ਕੀਤਾ, ਤਾਂ ਲਗਭਗ ਜਿਹੜਾ ਮੇਰੇ ਹਿਸਾਬ ਨਾਲ ਮੈਂ 20 ਕੁ ਵਾਰੀ ਜਿਹੜਾ ਬਲੱਡ ਡੋਨੇਟ ਕਰ ਚੁੱਕਿਆ ਹੋਵਾਂਗਾ। ਅਤੇ ਸਿਰਫ ਸੂਈ ਦਾ ਦਰਦ ਇਸ ਕਰਕੇ ਖੁਸ਼ੀ ਨਾਲ ਸਹਿ ਲਈਦਾ ਵੀ ਚਲੋ ਸ਼ਾਇਦ ਜੇ ਸਾਡੀ ਥੋੜ੍ਹੇ ਦਰਦ ਨਾਲ ਅਗਰ ਕਿਸੇ ਦੀ ਜ਼ਿੰਦਗੀ ਬਚਦੀ ਹੈ, ਰਹਿੰਦੇ ਤਾਂ ਵੱਡਾ ਕੰਮ ਕੀ ਹੋ ਸਕਦਾ। ਤਾਂ ਲੋਕਾਂ ਨੂੰ ਵੀ ਮੈਂ ਇਹ ਗੱਲ ਅਪੀਲ ਕਰਾਂਗਾ ਵੀ ਥੋੜ੍ਹਾ ਜਿਹਾ ਦਰਦ ਸਹਿਣ ਨਾਲ ਅਗਰ ਕਿਸੇ ਦੀ ਲਾਈਫ ਬਚਦੀ ਹੈ ਤਾਂ ਆਪਾਂ ਨੂੰ ਉਸ ਚੀਜ਼ ਦੀ ਕੁਰਬਾਨੀ ਜਿਹੜੀ ਹੈ ਦੇਣੀ ਚਾਹੀਦੀ ਹੈ। ਮੈਂ ਵੀ ਲਾਈਫ ਦੇ ਵਿੱਚ ਅੱਜ ਤੱਕ ਵੀ ਟੀਕਾ ਨਹੀਂ ਲਗਵਾਉਂਦਾ, ਪਰ ਇਹ ਸੂਈ ਮੈਂ ਜ਼ਰੂਰ ਖੁਸ਼ੀ ਖੁਸ਼ੀ ਲਗਵਾਉਂਦਾ। ਜੀ ਬਿਲਕੁਲ, ਇਹ ਜਿਹੜੀ ਮਿੱਠੀ ਸੂਈ ਦੀ ਚੁਭਣ ਹੈ ਉਹ ਵਾਕਈ ਬਹੁਤ ਵਧੀਆ ਹੁੰਦੀ ਹੈ, ਕਿਉਂਕਿ ਕਿਸੇ ਦਾ ਜੀਵਨ ਬਚਦਾ ਹੁੰਦਾ। ਮੈਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਆਪਾਂ ਇਹ ਜੀਵਨ ਸਾਕਸ਼ਾਤ ਰੂਪ ਦੇ ਵਿੱਚ ਆਪਾਂ ਆਪ ਦੇਖ ਕੇ ਬਚਾ ਸਕਦੇ ਹਾਂ, ਅਤੇ ਆਹ ਤੁਹਾਡੇ ਸਾਹਮਣੇ ਫਾਜ਼ਿਲਕਾ ਦੇ ਜਿਹੜੇ ਫਰਿਸ਼ਤੇ ਹੈ ਉਹ ਬਲੱਡ ਦੀ ਡੇਨ ਲਈ ਆਪਣੀ ਵੇਟ ਕਰ ਰਹੇ ਨੇ, ਔਰ ਪੰਕਜ ਜੀ ਔਰ ਉਹਨਾਂ ਦੇ ਨਾਲ ਦੇ ਸਾਥੀ ਹੈ ਜੋ ਖੂਨਦਾਨ ਕਰਨ ਲਈ ਪਹੁੰਚੇ ਹੈ। ਧੰਨਵਾਦ ਕਰਦਾ ਸਭ ਦਾ, ਔਰ ਇਸੇ ਤਰ੍ਹਾਂ ਤੁਸੀਂ ਜੁੜੇ ਰਹਿਣਾ, ਇਸ ਮਾਨਵਤਾ ਦੀ ਸੇਵਾ ਖਾਤਰ ਲੋਕਾਂ ਦੀ ਜ਼ਿੰਦਗੀ ਬਚਦੀ ਰਹੇਗੀ। ਧੰਨਵਾਦ। ਮੈਂ ਨਰੇਸ਼ ਕੁਮਾਰ, ਯੂਥ ਹੈਲਪਰ ਸੰਸਥਾ ਫਾਜ਼ਿਲਕਾ ਪ੍ਰਧਾਨ ਸੰਸਥਾਪਕ। ਸਭ ਤੋਂ ਪਹਿਲਾਂ ਜੀ ਮੈਂ ਆਪਦੇ ਵੱਲੋਂ, ਮੇਰੀ ਸੰਸਥਾ ਯੂਥ ਹੈਲਪਰ ਸੰਸਥਾ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਵਸ 'ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ, ਫਾਜ਼ਿਲਕਾ ਵਾਸੀਆਂ ਨੂੰ ਵਧਾਈ ਦੇਣਾ। ਅਸੀਂ ਸ਼੍ਰੀ ਰਾਮ ਕਿਰਪਾ ਸੇਵਾ ਸੰਘ ਦੇ ਸਹਿਯੋਗ ਦੇ ਨਾਲ, ਯੂਥ ਹੈਲਪਰ ਸੰਸਥਾ ਫਾਜ਼ਿਲਕਾ ਪੂਰੇ ਰਵਿਦਾਸੀਆ ਸਮਾਜ ਦੇ ਸਹਿਯੋਗ ਦੇ ਨਾਲ, ਅਤੇ ਜਿੰਨੇ ਵੀ ਫਾਜ਼ਿਲਕਾ ਦੇ ਡੋਨਰਸ ਨੇ ਉਹਨਾਂ ਦੇ ਸਹਿਯੋਗ ਦੇ ਨਾਲ, ਪਿਛਲੇ 4 ਸਾਲ ਤੋਂ ਗੁਰੂ ਰਵਿਦਾਸ ਭਵਨ ਰੈੱਡ ਲਾਈਟ ਚੌਂਕ ਫਾਜ਼ਿਲਕਾ ਦੇ ਵਿੱਚ ਬਲੱਡ ਡੋਨੇਸ਼ਨ ਦਾ ਕੈਂਪ ਜੋ ਕਿ ਲਗਾ ਰਹੇ ਹਾਂ, ਅਤੇ ਇਸ ਵਾਰ ਵੀ ਬੜੇ ਉਤਸ਼ਾਹ ਨਾਲ ਇਹ ਕੈਂਪ ਲਗਾਇਆ ਜਾ ਰਿਹਾ ਹੈ ਅਤੇ ਚੱਲ ਰਿਹਾ ਹੈ। ਬੜੇ ਉਤਸ਼ਾਹ ਨਾਲ ਜਿਹੜੇ ਡੋਨਰਸ ਨੇ ਫਾਜ਼ਿਲਕਾ ਦੇ ਨੇ ਇਹਦੇ ਵਿੱਚ ਪਾਰਟੀਸਪੇਟ ਕਰ ਰਹੇ ਹੈ। ਦੇਖੋ, ਗੁਰੂਪੁਰਬ ਦਾ ਅੱਜ ਇਸ ਖਾਸ ਪਰਵ ਹੈ ਅਤੇ ਗੁਰੂਪੁਰਬ 'ਤੇ ਸਾਰਿਆਂ ਦੀ ਕਿਰਪਾ ਬਣੀ ਰਹੇ। ਯੂਥ ਹੈਲਪਰ ਸੰਸਥਾ ਵੱਲੋਂ ਮੈਂ ਆਹੀ ਦੁਆ ਕਰਦਾ, ਅਤੇ ਸਾਰਿਆਂ ਨੂੰ ਫਿਰ ਮੈਂ ਅਪੀਲ ਕਰਦਾ ਫਾਜ਼ਿਲਕਾ ਵਾਸੀਆਂ ਨੂੰ ਕਿ ਇਸ ਕੈਂਪ ਦੇ ਵਿੱਚ ਪਹੁੰਚ ਕੇ ਇਸ ਨੂੰ ਸਫਲ ਬਣਾਉਣ। ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ। ਜੀ ਸਰ, ਅੱਜ ਤੁਸੀਂ ਕੈਂਪ 'ਚ ਪਹੁੰਚੇ ਹੋ, ਅਤੇ ਕੀ ਕਹੋਗੇ ਇਸ ਕੈਂਪ ਦੇ ਲੈ ਕੇ? ਜੈਨ ਜੀ, ਅੱਜ ਯੂਥ ਜਿਹੜੀ
ਹੈਲਪਰਸ ਵੈਲਫੇਅਰ ਸੁਸਾਇਟੀ ਵੱਲੋਂ ਫਾਜ਼ਿਲਕਾ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ 'ਤੇ ਇੱਕ ਕੈਂਪ ਜਿਹੜਾ ਹੈ ਲਵਾਇਆ ਜਾ ਰਿਹਾ, ਬਲੱਡ ਕੈਂਪ ਲਵਾਇਆ ਜਾ ਰਿਹਾ। ਇਸ ਤਰ੍ਹਾਂ ਉਹਨੇ ਬਹੁਤ ਸ਼ੋਰਟ ਨੋਟਿਸ 'ਤੇ ਮੈਨੂੰ ਇਨਫੋਰਮੇਸ਼ਨ ਆਈ ਸੀ ਔਰ ਮੈਂ ਬੜਾ ਆਪਣੇ ਆਪ ਨੂੰ ਲੱਕੀ ਮੰਨਦਾ ਕਿ ਮੈਂ ਅੱਜ ਇਹਦੇ ਵਿੱਚ ਸ਼ਿਰਕਤ ਕੀਤੀ ਹੈ। ਅਤੇ ਸਾਰੇ ਵੇਖ ਰਿਹਾ ਬਹੁਤ ਅੱਛੇ ਅਰੇਂਜਮੈਂਟਸ ਕੀਤੇ ਹੋਏ ਨੇ, ਇੱਕ ਅੱਛਾ ਉਪਰਾਲਾ ਹੈ ਜੀ। ਜਿੱਥੇ ਵੀ ਕਿਤੇ ਇਹ ਐਮਰਜੈਂਸੀ ਦੇ ਵਿੱਚ ਕਿਤੇ ਬਲੱਡ ਦੀ ਜ਼ਰੂਰਤ ਪੈਂਦੀ ਹੈ, ਇਹੋ ਸਮੇਂ ਹੀ ਹੁੰਦੇ ਨੇ, ਇਹੋ ਜਿਹੇ ਦਿਨ ਹੀ ਹੁੰਦੇ ਨੇ ਜਦੋਂ ਸਾਨੂੰ ਇਹੋ ਜਿਹੇ ਜਿਹੜੀ ਹੈ ਅੱਛੇ ਕੰਮ ਉਹ ਕਰਨੇ ਚਾਹੀਦੇ ਨੇ। ਉਹ ਅੱਛੇ ਉਪਰਾਲਾ ਹੈ ਜੀ। ਇਸੇ ਉਪਰਾਲੇ ਦੇ ਵਿੱਚ ਐਜ਼ ਏ ਪੰਜਾਬ ਪੁਲਿਸ ਜੋ ਅਸੀਂ ਹਮੇਸ਼ਾ ਇਹਨਾਂ ਦਾ ਸਾਥ ਜਿਹੜੇ ਦਿੰਦੇ ਰਹਾਂਗੇ। ਥੈਂਕ ਯੂ ਸਰ। ਆਮ ਲੋਕਾਂ ਨੂੰ ਕੀ ਅਪੀਲ ਕਰੋਗੇ ਖੂਨਦਾਨ ਨੂੰ ਲੈ ਕੇ? ਆਮ ਲੋਕਾਂ ਨੂੰ ਅਪੀਲ ਹੈ ਜੀ ਕਿ ਵੱਧ ਚੜ੍ਹ ਕੇ ਇਹਦੇ ਵਿੱਚ ਹਿੱਸਾ ਲੈਣ, ਵੱਧ ਤੋਂ ਵੱਧ ਜਿਹੜਾ ਇਹਦੇ 'ਚ ਸ਼ਮੂਲੀਅਤ ਕਰਨ ਤਾਂ ਕਿ ਕੋਈ ਲੋੜਵੰਦ ਹੈ ਉਹਦੇ ਤੱਕ ਜਿਹੜਾ ਇਹ ਸਹਾਰਾ ਜੋ ਹੈ ਇਹਨਾਂ ਦਾ ਐਫਰਟ ਹੈ ਜਿਹੜਾ ਉਹ ਪਹੁੰਚ ਸਕੇ। ਤੁਸੀਂ ਸਰ ਡੋਨੇਟ ਕਰਨ ਆਇਓ? ਨਹੀਂ ਜੀ, ਮੈਂ ਲਾਸਟ ਮੰਥ ਕੀਤਾ ਸੀਗਾ ਜੀ ਅਬੋਚ ਜੀ। ਸੋ ਮੇਰੇ ਨਾਲ ਦੋ ਚਾਰ ਲੜਕੇ ਜਿਹੜੇ ਮੇਰੇ ਨਾਲ ਫਰੈਂਡਸ ਨੇ, ਮੇਰਾ ਸਰਕਲ ਹੈ, ਉਹ ਜ਼ਰੂਰ ਨਾਲ ਡੋਨੇਸ਼ਨ ਦੇਗਾ। ਜੀ ਰਾਜੀਵ ਜੀ, ਕੀ ਕਹੋਗੇ ਅੱਜ ਦੇ ਕੈਂਪ ਨੂੰ ਲੈ ਕੇ? ਅੱਜ ਦਾ ਕੈਂਪ ਹੈ ਜੀ ਸ਼੍ਰੀ ਗੁਰੂ ਰਵਿਦਾਸ ਭਵਨ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੈ। 647ਵਾਂ ਜਨਮ ਦਿਨ ਹੈ ਜੋ ਮਨਾਇਆ ਜਾ ਰਿਹਾ, ਕੱਲ੍ਹ ਉਹਨਾਂ ਜਨਮ ਦਿਹਾੜਾ ਸੀਗਾ ਔਰ ਅੱਜ ਇਹ ਸਾਡਾ ਇਸ ਜਗ੍ਹਾ 'ਤੇ ਯੂਥ ਹੈਲਪਰ ਵੱਲੋਂ ਔਰ ਰਾਮ ਕਿਰਪਾ ਸੇਵਾ ਸੰਘ ਦੇ ਸਹਿਯੋਗ ਵੱਲੋਂ ਚੌਥਾ ਕੈਂਪ ਲਗਾਇਆ ਜਾ ਰਿਹਾ ਔਰ ਬਹੁਤ ਵਧੀਆ ਉਗਾਰਾ ਹੈ ਅੱਗੇ। ਫਾਜ਼ਿਲਕਾ ਵਾਲੇ ਹਮੇਸ਼ਾ ਹੀ ਸਾਨੂੰ ਸਾਥ ਦਿੰਦੇ ਅਤੇ ਅੱਜ ਵੀ ਦੇ ਰਹੇ ਨੇ। ਲਗਭਗ ਡੇਢ ਘੰਟੇ ਦੇ ਵਿੱਚ 55 ਮਿੰਟਸ ਹੋ ਚੁੱਕੇ ਨੇ ਸਾਡੇ, ਲਗਭਗ 150 ਦਾ ਟਾਰਗੇਟ ਹੈ ਜੋ ਕੰਪਲੀਟ ਕਰ ਲਾਂਗੇ। ਬਲੱਡ ਜੋ ਹੈ ਉਹ ਤੁਹਾਨੂੰ ਪਤਾ ਹੀ ਹੈ ਕਿ ਖੂਨਦਾਨ ਨੂੰ ਮਹਾਂਦਾਨ ਕਿਹਾ ਜਾਂਦਾ ਹੈ। ਖੂਨ ਇੱਕ ਹਿਊਮਨ ਬੋਡੀ, ਇੱਕ ਮਾਨਵ ਹੀ ਇੱਕ ਐਸਾ ਸਰੋਤ ਹੈ ਜੋ ਖੂਨਦਾਨ ਕਰ ਸਕਦਾ ਹੈ ਔਰ ਆਪਾਂ ਹੀ ਜੇਕਰ ਅੱਗੇ ਨਹੀਂ ਆਵਾਂਗੇ ਤਾਂ ਕੌਣ ਅੱਗੇ ਆਏਗਾ? ਕਿਉਂਕਿ ਅਕਸਰ ਸਾਨੂੰ ਕਈ ਕਾਲਸ ਆਉਂਦੀਆਂ ਨੇ, ਕਈ ਫੋਨ ਆਉਂਦੇ ਆ ਕਿ ਸਾਨੂੰ ਬਲੱਡ ਦੀ ਜ਼ਰੂਰਤ ਹੈ, 4 ਯੂਨਿਟ, 5 ਯੂਨਿਟ, 6 ਯੂਨਿਟ। ਈਵਨ ਕਿ ਜਦੋਂ ਕਈ ਵਾਰ ਮੈਂ ਸਾਰਾ ਦੀ ਗੱਲ ਨਹੀਂ ਕਰਾਂਗਾ, ਮਾਫ਼ੀ ਚਾਹੁੰਦਾ ਜੇ ਕਿਸੇ ਨੂੰ ਗੱਲ ਪਿੰਚ ਹੋਏ ਤਾਂ, ਪਰ ਕੁਛ ਲੋਕ ਇਹੋ ਜਿਹੇ ਹੁੰਦੇ ਆ ਜਿਹੜੇ ਆਪਦੇ ਮਦਰ ਫਾਦਰ ਸਿਸਟਰ ਬ੍ਰਦਰ ਲਈ ਹੀ ਡੋਨੇਟ ਨਹੀਂ ਕਰਨਾ ਚਾਹੁੰਦੇ, ਜਿਹੜਾ ਕਿ ਸਭ ਤੋਂ ਗਲਤ ਗੱਲ ਹੈ। ਦੇਖੋ ਜੇਕਰ ਤੁਸੀਂ ਇਹ ਸੋਚ ਰੱਖਦੇ ਹੋ ਕਿ ਸਾਨੂੰ ਬਲੱਡ ਡੋਨੇਟ ਕਰਨ ਨਾਲ ਸਾਡੇ ਸਰੀਰ 'ਚ ਕਮਜ਼ੋਰੀ ਆ ਜਾਏਗੀ, ਕਮੀ ਆ ਜਾਏਗੀ, ਤਾਂ ਕਮੀ ਤਾਂ ਫਿਰ ਸਾਡੇ ਵਰਗੇ 'ਚ ਵੀ ਆ ਜੂਗੀ। ਫਿਰ ਇਹ ਸੋਚ ਕਿਉਂ ਰੱਖਦੇ ਹਾਂ? ਫਿਰ ਤੁਹਾਡੇ ਪੇਰੈਂਟਸ, ਤੁਹਾਡੇ ਮਾਤਾ ਪਿਤਾ ਜਾਂ ਤੁਹਾਡੇ ਰਿਸ਼ਤੇਦਾਰ ਹੈ, ਉਹਨਾਂ ਲਈ ਕੌਣ ਡੋਨੇਟ ਕਰੇਗਾ? ਤੁਸੀਂ ਕਿਸੇ ਦੂਸਰੇ ਕੋਲ ਆਸ ਰੱਖੀ ਹੋਈ ਹੈ ਤਾਂ ਤੁਸੀਂ, ਠੀਕ ਹੈ ਅਸੀਂ ਤੁਹਾਡੇ ਲਈ ਬੈਠੇ ਹਾਂ, ਪਰ ਤੁਸੀਂ ਸਾਡੇ ਨਾਲ ਗਾਬਰ ਚੱਲੋ। ਚਲੋ ਅੱਜ ਤੁਹਾਨੂੰ ਜ਼ਰੂਰ ਤੁਹਾਡੀ ਪੂਰੀ ਹੋ ਚੁੱਕੀ ਹੈ, ਤੁਸੀਂ ਕਿਸੇ ਕਾਰਨਵਸ਼ ਅੱਜ ਆਪਣੇ ਮਾਂ ਬਾਪ ਲਈ, ਆਪਣੇ ਭੈਣ ਲਈ ਡੋਨੇਟ ਨਹੀਂ ਕਰ ਪਾਏ, ਪਰ ਤੁਹਾਨੂੰ ਅੱਛਾ ਤਾਂ ਲੱਗਿਆ ਕਿ ਇਸ ਸੰਸਥਾ ਨੇ ਡੋਨੇਟ ਕਰਾ ਕੇ ਦਿੱਤਾ। ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਕੈਂਪਾਂ 'ਚ ਡੋਨੇਟ ਕਰੋ ਜਾਂ ਆਪਦੀ ਸਵੈਚਿਕ ਤੌਰ 'ਤੇ ਬਲੱਡ ਬੈਂਕ ਜਾ ਕੇ ਡੋਨੇਟ ਕਰੋ। ਦੇਖੋ ਪਰਮਾਤਮਾ ਦਾ ਦਿੱਤਾ ਹੋਇਆ ਸਾਰਾ ਕੁਛ ਹੈ, ਕਹਿੰਦੇ ਆ ਬੰਦੇ ਨੂੰ ਜਾਂਦੇ ਜਾਂਦੇ ਆਪਦਾ ਕਰਜ਼ ਉਤਾਰ ਕੇ ਜਾਣਾ ਚਾਹੀਦਾ, ਅਤੇ ਜੇ ਆਪਾਂ ਪਰਮਾਤਮਾ ਨੇ ਆਪਾਂ ਨੂੰ ਵਿਵਿਧਤਾ ਪਾਈ ਹੈ ਕਿਸੇ ਜਗ੍ਹਾ ਦੇ ਵਿੱਚ ਆ ਕੇ ਆਪਾਂ ਨੂੰ ਬਲੱਡ ਦੀ ਜ਼ਰੂਰਤ ਪਈ ਹੈ, ਜੇ 5 ਬੁੱਤਾਂ ਆਪਾਂ ਉਧਾਰੀਆਂ ਲਈਆਂ ਨੇ ਤਾਂ 5 ਦਿਨ ਦਾ ਫਰਸਾ ਬੰਦਾ ਹੈ ਨਾ, ਅਤੇ ਉਹ ਉਧਾਰੀ ਜ਼ਰੂਰ ਚੁਕਾ ਕੇ ਜਾਓ, ਜਿਹਦੇ ਨਾਲ ਸਾਡੇ ਬਲੱਡ ਬੈਂਕ ਵੀ ਚੱਲ ਪੈਣਗੇ, ਜਿਹਦੇ ਨਾਲ ਕਿਸੇ ਦਾ ਜੀਵਨ ਵੀ ਬਚ ਜਾਏਗਾ ਔਰ ਸਭ ਤੋਂ ਵਧੀਆ ਗੱਲ ਹੈ ਕਿ ਬਲੱਡ ਬੈਂਕ 'ਚ ਬਲੱਡ ਆਉਣਾ ਸ਼ੁਰੂ ਹੋ ਜਾਏਗਾ। ਤਾਂ ਅੱਜ ਦਾ ਇਹੀ ਉਹ ਸਾਡਾ ਉਪਲਕਸ਼ ਰਹਿੰਦਾ ਕਿ ਲੋਕਾਂ ਨੂੰ ਮੋਟੀਵੇਟ ਕੀਤਾ ਜਾਏ, ਲੋਕਾਂ ਨੂੰ ਜਾਗਰੂਕ ਕੀਤਾ ਜਾਏ ਔਰ ਅੱਜ ਯੂਥ ਹੈਲਪਰ ਵੱਲੋਂ ਜੋ ਇਹ ਉਪਰਾਲਾ ਸਮਾਂ ਸਮਾਂ 'ਤੇ ਹੋਰ ਵੀ ਇਹਨਾਂ ਦੀਆਂ ਬਹੁਤ ਸੇਵਾਵਾਂ ਚੱਲਦੀਆਂ ਰਹਿੰਦੀਆਂ ਨੇ, ਪਰ ਇਹਦੇ ਨਾਲ ਖੂਨਦਾਨ ਦੀ ਖੇਤਰ ਦੀ ਜੋ ਸੇਵਾ ਹੈ ਉਹ ਵੀ ਕੀਤੀ ਜਾ ਰਹੀ ਹੈ, ਸਾਰੀ ਟੀਮ ਇੱਥੇ ਮੌਜੂਦ ਹੈ। ਇਹਨਾਂ ਸਭ ਨੂੰ ਸ਼੍ਰੀ ਗੁਰੂ ਰਵਿਦਾਸ ਜਨਮਦਿਨ ਦੀ ਵਧਾਈਆਂ ਦੇਣਾ ਔਰ ਇਸ ਕਾਰਜ ਨੂੰ ਸਫਲ ਹੁੰਦੇ, ਕਿਉਂਕਿ ਸਫਲ ਤਾਂ ਹੋਣਾ ਹੈ, ਪਰਮਾਤਮਾ ਦੀ ਕਿਰਪਾ ਉਹਦੇ ਵਿੱਚ ਉਹ ਤਾਂ ਹੋਣਾ ਹੀ ਹੈ, ਅਤੇ ਉਹਨਾਂ ਦੀ ਵਧਾਈ ਦੇਣਾ ਔਰ ਇਸੇ ਤਰ੍ਹਾਂ ਇਸ ਕਾਰਜ ਨੂੰ ਅਗਾਂਹ ਚਲਾਉਂਦੇ ਰਹਿਣ।